सर ये पूरा जिस तरह कल और पड़ेगा नेपाल, तो किस तरह का रहा, केड़े केड़े बंदे फड़े गए? नेपाल तो कल कपिल पंडित दीपक मुंडी फड़े गए आ। सो इन्हां दे फड़न नाल जिहड़े छेवां शूटर बचिया सी ओह फड़िया गया, जिहड़ा मेन लॉजिस्टिक वाला सी ओह फड़िया गया, ऑलरेडी एक लॉजिस्टिक्स वाला मेन सचिन बेवानी फड़िया गया सी। तीन शूटर पहलां फड़े गए सी, दो शूटर मारे गए सी। सो कल दी इहदी रस्ते नाल तकरीबन जिहड़ा एक्टिव मॉड्यूल हैगा क्राइम दा, ऑन जिन्हें मौके पर क्राइम किया या जिन्होंने शूटरां नूं वैपनस नूं गड्डियां नूं हैंडल किया, वह सारा एक तरीके नाल कॉन्कलूड हो गया है। ते सर सारी गिरफ्तारियां लगभग हो गई ने या शूटर जिहड़े ने सारे गिरफ्तार हो गए? शूटर दा चार गिरफ्तार हो गए, दो न्यूट्रलाइज हो गए, तो छे दे छे मतलब जो उन्हां दा बंदा सी। ਜਿਹੜੇ ਜੀ ਦਿੱਲੀ ਪੁਲਿਸ ਤੋਂ ਸਹਿਯੋਗ ਮੰਗਿਆ ਗਿਆ ਸੀ ਲਗਭਗ, ਉਹ ਤੁਹਾਡੇ ਵੱਲੋਂ ਪੂਰਾ ਕੋਆਪਰੇਟ ਕਰਕੇ ਉਹ ਕੰਪਲੀਟ ਕਰਤਾ ਨਹੀਂ? ਇੱਦਾਂ ਤਾਂ ਕੋਈ ਨਹੀਂ, ਮਤਲਬ ਕੋਈ ਇਹਦਾ ਕੋਈ ਫਾਰਮਲ ਪ੍ਰੋਸੈਸ ਤਾਂ ਨਹੀਂ ਹੁੰਦਾ ਸਹਿਯੋਗ ਮੰਗਣ ਦਾ, ਬਟ ਸਾਰੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਕੋਸ਼ਿਸ਼ ਕਰਦੀਆਂ ਹੀ ਨੇ ਕਿ ਆਪਣੇ ਲੈਵਲ 'ਤੇ ਉਹ ਕੀ ਕਰ ਸਕਦੀਆਂ ਜਦੋਂ ਇਹ ਵੱਡਾ ਕੇਸ ਹੋਏ। ਅਸੀਂ ਆਲਰੇਡੀ ਪਾਸਟ ਵੀ ਕਰਦੇ ਆਏ ਹਾਂ, ਸੋ ਸਾਡਾ ਥੋੜ੍ਹਾ ਬਹੁਤਾ ਜੋ ਐਫਰਟ ਸੀਗਾ ਇਹ ਸੀਗਾ ਕਿ ਜਿਹੜੇ ਬੰਦਿਆਂ ਨੇ ਮੌਕੇ 'ਤੇ ਜਾ ਕੇ ਕ੍ਰਾਈਮ ਐਗਜੀਕਿਊਟ ਕੀਤਾ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾ ਸਕੇ। ਇੱਕ ਸਰ ਗੋਲਡੀ ਬਰਾਡ ਕਾਫੀ ਲਾਈਵ ਹੋ ਕੇ ਵੀ ਫੌਜੀ ਠਾਕਰ ਦਾ ਮਾਸਟਰਮਾਈਂਡ ਵੀ ਰਿਹਾ, ਤੁਸੀਂ ਵੀ ਕਿਹਾ, ਅਤੇ ਉਹਨੂੰ ਫੜਨ ਦੀ ਕੀ ਪ੍ਰੋਸੈਸ ਚੱਲ ਰਹੀ ਸੀ? ਉਹ ਪੰਜਾਬ ਪੁਲਿਸ ਨੇ ਆਲਰੇਡੀ ਇਹਦੇ ਚਾਨਣਾ ਪਾ ਤਾ, ਉਹਨਾਂ ਨੇ ਕਿਹਾ ਵੀ ਆਪਣਾ RCN ਉਹਨਾਂ ਨੇ ਖੁਲਵਾਇਆ ਹੈਗਾ, DGP ਸਾਹਿਬ ਨੇ ਅੱਜ ਕਿਹਾ ਕਾਨਫਰੰਸ 'ਚ, ਆਈ ਐਮ ਸ਼ੋਰ ਉਹਦੇ 'ਤੇ ਐਕਟਿਵਲੀ ਕੰਮ ਕਰ ਰਹੇ ਨੇ। ਸਰ ਇਸ ਤਰ੍ਹਾਂ ਹੌਸਲੇ ਬੁਲੰਦ ਨੇ ਇਹਨਾਂ ਦੇ ਸਾਰਿਆਂ ਦੇ, ਮੁੰਡੇ ਨਵੇਂ ਨਵੇਂ ਕਰ ਰਹੇ ਨੇ 17-18 ਸਾਲ ਦੇ, ਕੀ ਲੱਗਦਾ ਕਿ ਪੈਸੇ ਦਾ ਪ੍ਰਲੋਭਨ ਕੀ ਇਹਨਾਂ ਨੂੰ ਦਿੱਤਾ ਜਾਂਦਾ ਹੈ? ਕਈ ਚੀਜ਼ਾਂ ਨੇ, ਪੈਸੇ ਦਾ ਵੀ ਆ, ਕਈ ਵਾਰ ਆਪਣੀਆਂ ਦੋਸਤੀਆਂ ਲੋਇਲਟੀਜ਼ ਹੋ ਜਾਂਦੀਆਂ, ਕਈ ਵਾਰ ਇੱਕ ਵਾਰ ਜਦੋਂ ਦੋਸਤੀ ਹੋ ਗਈ ਫਿਰ ਉਹ ਗੈਂਗ ਦਾ ਹਿੱਸਾ ਬਣ ਜਾਂਦੇ ਆ, ਫਿਰ ਇੰਟਰ ਗੈਂਗ ਰਾਈਵਲਰੀਜ਼ ਹੋ ਜਾਂਦੀਆਂ, ਕਈ ਵਾਰੀ ਮਾੜੀ ਮੋਟੀ ਕ੍ਰਿਮੀਨਲ ਜਸਟਿਸ ਸਿਸਟਮ ਦੇ ਨਜਾਇਜ਼ ਵੀ ਹੋ ਜਾਂਦੇ ਆ ਕਿਸੇ ਦੇ ਨਾਲ। ਸੋ ਬਹੁਤ ਸਾਰੀਆਂ ਡਾਇਮੈਂਸ਼ਨਸ ਨੇ। ਇਹ ਸਰ ਜੇਲ੍ਹ ਦੇ ਵਿੱਚ ਜਿਸ ਤਰ੍ਹਾਂ ਪੂਰਾ ਚਲਾਇਆ ਜਾਂਦਾ, ਉਹਨੂੰ ਕੋਈ ਦਿੱਲੀ ਪੁਲਿਸ ਦੇ ਵਾਸਤੇ ਕੁਝ ਕਰਾ ਰਹੀ ਹੈ ਕਿ ਜੇਲ੍ਹ ਦੇ ਵਿੱਚ ਜਿਹੜਾ ਸਿੰਡੀਕੇਟ ਚੱਲਦਾ? ਦਿੱਲੀ ਪੁਲਿਸ ਤਾਂ ਆਲਰੇਡੀ ਜੇਲ੍ਹਾਂ 'ਚੋਂ ਅਸੀਂ ਬੜੇ ਲੋਕਾਂ ਨੂੰ ਲਿਆ ਕੇ ਅਰੈਸਟ ਕੀਤਾ, ਜਿਵੇਂ ਕਿਸੇ ਨੇ ਧਮਕੀ ਦੀ ਕਾਲ ਦਿੱਤੀ, ਐਕਸਟੋਰਸ਼ਨ ਦੀ ਕੋਸ਼ਿਸ਼ ਕਰੀ, ਉਹ ਤਾਂ ਰੈਗੂਲਰ ਕੰਟੀਨਿਊਸ ਐਫਰਟ ਹੈ। ਜੇਲ੍ਹ ਸਟਾਫ 'ਤੇ ਵੀ ਇਸ ਦਾ ਐਕਸ਼ਨ ਲਿਆ, ਜੇਲ੍ਹ ਸਟਾਫ ਨੂੰ ਵੀ ਅਰੈਸਟ ਕੀਤਾ ਹੈਗਾ ਜਿਨ੍ਹਾਂ ਨੇ ਨੰਬਰ ਅੰਦਰ ਮੁਹੱਈਆ ਕਰਵਾਏ ਆ, ਜਿਨ੍ਹਾਂ ਦਾ ਪ੍ਰੂਫ ਹੋਇਆ। ਸੋ ਇਹ ਤਾਂ ਔਨਗੋਇੰਗ ਪ੍ਰੋਸੈਸ ਹੈ। ਸਰ ਇਹ ਪੂਰਾ ਜਿਸ ਤਰ੍ਹਾਂ ਕੱਲ ਹੋਰ ਫੜੇ ਗਏ ਨੇਪਾਲ ਤੋਂ, ਕਿਸ ਤਰ੍ਹਾਂ ਦਾ ਰਿਹਾ ਅਤੇ ਕਿਹੜੇ ਕਿਹੜੇ ਬੰਦੇ ਫੜੇ ਗਏ ਨੇ? ਨੇਪਾਲ ਤੋਂ ਕੱਲ ਕਪਿਲ ਪੰਡਿਤ ਅਤੇ ਦੀਪਕ ਮੁੰਡੀ ਫੜੇ ਗਏ ਆ। ਸੋ ਇਹਨਾਂ ਦੇ ਫੜਨ ਨਾਲ ਜਿਹੜੇ ਛੇਵਾਂ ਸ਼ੂਟਰ ਬਚਿਆ ਸੀ ਉਹ ਫੜਿਆ ਗਿਆ, ਜਿਹੜਾ ਮੇਨ ਲੋਜਿਸਟਿਕ ਵਾਲਾ ਸੀ ਉਹ ਫੜਿਆ ਗਿਆ, ਆਲਰੇਡੀ ਇੱਕ ਲੋਜਿਸਟਿਕਸ ਵਾਲਾ ਮੇਨ ਸਚਿਨ ਬੇਵਾਨੀ ਫੜਿਆ ਗਿਆ ਸੀ। ਤਿੰਨ ਸ਼ੂਟਰ ਪਹਿਲਾਂ ਫੜੇ ਗਏ ਸੀ, ਦੋ ਸ਼ੂਟਰ ਮਾਰੇ ਗਏ ਸੀ। ਸੋ ਕੱਲ੍ਹ ਦੀ ਇਹਦੀ ਰਸਤੇ ਨਾਲ ਤਕਰੀਬਨ ਜਿਹੜਾ ਐਕਟਿਵ ਮੋਡਿਊਲ ਹੈਗਾ ਕ੍ਰਾਈਮ ਦਾ, ਔਨ ਜਿਹਨੇ ਮੌਕੇ 'ਤੇ ਕ੍ਰਾਈਮ ਕੀਤਾ ਜਾਂ ਜਿਨ੍ਹਾਂ ਨੇ ਸ਼ੂਟਰਾਂ ਨੂੰ ਵੈਪਨਸ ਨੂੰ ਗੱਡੀਆਂ ਨੂੰ ਹੈਂਡਲ ਕੀਤਾ, ਉਹ ਸਾਰਾ ਇੱਕ ਤਰੀਕੇ ਨਾਲ ਕੰਕਲੂਡ ਹੋ ਗਿਆ ਹੈਗਾ। ਅਤੇ ਸਰ ਸਾਰੀ ਗ੍ਰਿਫਤਾਰੀਆਂ ਲਗਭਗ ਹੋ ਗਈਆਂ ਨੇ ਜਾਂ ਸ਼ੂਟਰ ਜਿਹੜੇ ਨੇ ਸਾਰੇ ਗ੍ਰਿਫਤਾਰ ਹੋ ਗਏ? ਸ਼ੂਟਰ ਦਾ ਚਾਰ ਗ੍ਰਿਫਤਾਰ ਹੋ ਗਏ, ਦੋ ਨਿਊਟਰਲਾਈਜ਼ ਹੋ ਗਏ, ਅਤੇ ਛੇ ਦੇ ਛੇ ਮਤਲਬ ਜੋ ਉਹਨਾਂ ਦਾ ਬੰਦਾ ਸੀ। ਅਤੇ ਜਿਹੜੇ ਜੀ ਦਿੱਲੀ ਪੁਲਿਸ ਤੋਂ ਸਹਿਯੋਗ ਮੰਗਿਆ ਗਿਆ ਸੀ ਲਗਭਗ, ਉਹ ਤੁਹਾਡੇ ਵੱਲੋਂ ਪੂਰਾ ਕੋਆਪਰੇਟ ਕਰਕੇ ਉਹ ਕੰਪਲੀਟ ਕਰਤਾ ਹੈ? ਨਹੀਂ ਇੱਦਾਂ ਤਾਂ ਕੋਈ ਨਹੀਂ, ਮਤਲਬ ਕੋਈ ਇਹਦਾ ਕੋਈ ਫਾਰਮਲ ਪ੍ਰੋਸੈਸ ਤਾਂ ਨਹੀਂ ਹੁੰਦਾ ਸਹਿਯੋਗ ਮੰਗਣ ਦਾ, ਬਟ ਸਾਰੀਆਂ ਲਾਅ ਇਨਫੋਰਸਮੈਂਟ ਏਜੰਸੀਜ਼ ਕੋਸ਼ਿਸ਼ ਕਰਦੀਆਂ ਹੀ ਨੇ ਕਿ ਆਪਣੇ ਲੈਵਲ 'ਤੇ ਉਹ ਕੀ ਕਰ ਸਕਦੀਆਂ ਜਦੋਂ ਇਹ ਵੱਡਾ ਕੇਸ ਹੋਏ। ਅਸੀਂ ਆਲਰੇਡੀ ਪਾਸਟ ਵੀ ਕਰਦੇ ਆਏ ਹਾਂ, ਸੋ ਸਾਡਾ ਥੋੜ੍ਹਾ ਬਹੁਤਾ ਜੋ ਐਫਰਟ ਸੀਗਾ ਇਹ ਸੀਗਾ ਕਿ ਜਿਹੜੇ ਬੰਦਿਆਂ ਨੇ ਮੌਕੇ 'ਤੇ ਜਾ ਕੇ ਕ੍ਰਾਈਮ ਐਗਜੀਕਿਊਟ ਕੀਤਾ ਉਹਨਾਂ ਨੂੰ ਜਲਦ ਤੋਂ ਜਲਦ ਫੜਿਆ ਜਾ ਸਕੇ। ਇੱਕ ਸਰ ਗੋਲਡੀ ਬਰਾਡ ਕਾਫੀ ਲਾਈਵ ਹੋ ਕੇ ਵੀ ਫੌਜੀ ਠਾਕਰ ਦਾ ਮਾਸਟਰਮਾਈਂਡ ਵੀ ਰਿਹਾ, ਤੁਸੀਂ ਵੀ ਕਿਹਾ, ਅਤੇ ਉਹਨੂੰ ਫੜਨ ਦੀ ਕੀ ਪ੍ਰੋਸੈਸ ਚੱਲ ਰਹੀ ਸੀ? ਉਹ ਪੰਜਾਬ ਪੁਲਿਸ ਨੇ ਆਲਰੇਡੀ ਇਹਦੇ ਚਾਨਣਾ ਪਾ ਤਾ, ਉਹਨਾਂ ਨੇ ਕਿਹਾ ਵੀ ਆਪਣਾ RCN ਉਹਨਾਂ ਨੇ ਖੁਲਵਾਇਆ ਹੈਗਾ, DGP ਸਾਹਿਬ ਨੇ ਅੱਜ ਕਿਹਾ ਕਾਨਫਰੰਸ 'ਚ, ਆਈ ਐਮ ਸ਼ੋਰ ਉਹਦੇ 'ਤੇ ਐਕਟਿਵਲੀ ਕੰਮ ਕਰ ਰਹੇ ਨੇ। ਸਰ ਇਸ ਤਰ੍ਹਾਂ ਹੌਸਲੇ ਬੁਲੰਦ ਨੇ ਇਹਨਾਂ ਦੇ ਸਾਰਿਆਂ ਦੇ, ਮੁੰਡੇ ਨਵੇਂ ਨਵੇਂ ਕਰ ਰਹੇ ਨੇ 17-18 ਸਾਲ ਦੇ, ਕੀ ਲੱਗਦਾ ਕਿ ਪੈਸੇ ਦਾ ਪ੍ਰਲੋਭਨ ਕੀ ਇਹਨਾਂ ਨੂੰ ਦਿੱਤਾ ਜਾਂਦਾ ਹੈ? ਕਈ ਚੀਜ਼ਾਂ ਨੇ, ਪੈਸੇ ਦਾ ਵੀ ਆ, ਕਈ ਵਾਰ ਆਪਣੀਆਂ ਦੋਸਤੀਆਂ ਲੋਇਲਟੀਜ਼ ਹੋ ਜਾਂਦੀਆਂ, ਕਈ ਵਾਰ ਇੱਕ ਵਾਰ ਜਦੋਂ ਦੋਸਤੀ ਹੋ ਗਈ ਫਿਰ ਉਹ ਗੈਂਗ ਦਾ ਹਿੱਸਾ ਬਣ ਜਾਂਦੇ ਆ, ਫਿਰ ਇੰਟਰ ਗੈਂਗ ਰਾਈਵਲਰੀਜ਼ ਹੋ ਜਾਂਦੀਆਂ, ਕਈ ਵਾਰੀ ਮਾੜੀ ਮੋਟੀ ਕ੍ਰਿਮੀਨਲ ਜਸਟਿਸ ਸਿਸਟਮ ਦੇ ਨਜਾਇਜ਼ ਵੀ ਹੋ ਜਾਂਦੇ ਆ ਕਿਸੇ ਦੇ ਨਾਲ। ਸੋ ਬਹੁਤ ਸਾਰੀਆਂ ਡਾਇਮੈਂਸ਼ਨਸ ਨੇ। ਇਹ ਸਰ ਜੇਲ੍ਹ ਦੇ ਵਿੱਚ ਜਿਸ ਤਰ੍ਹਾਂ ਪੂਰਾ ਚਲਾਇਆ ਜਾਂਦਾ, ਉਹਨੂੰ ਕੋਈ ਦਿੱਲੀ ਪੁਲਿਸ ਦੇ ਵਾਸਤੇ ਕੁਝ ਕਰਾ ਰਹੀ ਹੈ ਕਿ ਜੇਲ੍ਹ ਦੇ ਵਿੱਚ ਜਿਹੜਾ ਸਿੰਡੀਕੇਟ ਚੱਲਦਾ? ਦਿੱਲੀ ਪੁਲਿਸ ਤਾਂ ਆਲਰੇਡੀ ਜੇਲ੍ਹਾਂ 'ਚੋਂ ਅਸੀਂ ਬੜੇ ਲੋਕਾਂ ਨੂੰ ਲਿਆ ਕੇ ਅਰੈਸਟ ਕੀਤਾ, ਜਿਵੇਂ ਕਿਸੇ ਨੇ ਧਮਕੀ ਦੀ ਕਾਲ ਦਿੱਤੀ, ਐਕਸਟੋਰਸ਼ਨ ਦੀ ਕੋਸ਼ਿਸ਼ ਕਰੀ,
वो तो रेगुलर कंटीन्यूअस एफर्ट है। जेल स्टाफ से भी इसका एक्शन है, जेल स्टाफ ने भी अरेस्ट किया है जिन्होंने नंबर अंदर मुहैया करवाए या जिन्हों का प्रूव होया। सो ये तो ऑनगोइंग प्रोसेस है। थैंक यू।